ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਇਹ ਵੀਡੀਓ ਉਹਨਾਂ ਸਾਰੀਆਂ ਕੁੜੀਆਂ ਲਈ ਬਹੁਤ ਹੀ ਇੰਪੋਰਟੈਂਟ ਹੋਣ ਜਾ ਰਹੀ ਹੈ ਜਿਹੜੇ ਬਾਰ-ਬਾਰ ਕਮੈਂਟ ਕਰਕੇ ਪੁੱਛ ਰਹੇ ਸਨ ਕਿ ਉਹਨਾਂ ਦੀ ਹਾਈਟ ਜਿਹੜੀ ਉਹ ਕਿੰਨੀ ਹੋਵੇਗੀ। ਮੈਂ ਤੁਹਾਨੂੰ ਦੱਸ ਦੇਵਾਂ ਕਿ ਕੁੜੀਆਂ ਨੂੰ ਸਪੈਸ਼ਲ ਛੂਟ ਦਿੱਤੀ ਗਈ ਹੈ ਪੰਜਾਬ ਪੁਲਿਸ ਦੀ ਭਰਤੀ ਵਿੱਚ। ਉਹਨਾਂ ਦੀ ਜਿਹੜੀ ਹਾਈਟ ਹੈ ਉਹ 5 ਫੁੱਟ 2 ਇੰਚ ਰਹਿਣ ਜਾ ਰਹੀ ਹੈ। ਪਾਪਕੇ ਡਿਸਟ੍ਰਿਕਟ ਤੇ ਆਲਮਰਡ ਕੈਡਰ ਵਿੱਚ ਹੁਣ 5'2" ਹਾਈਟ ਵਾਲੀਆਂ ਕੁੜੀਆਂ ਵੀ ਅਪਲਾਈ ਕਰ ਸਕਣਗੀਆਂ ਜਿਵੇਂ ਕਿ ਪਿਛਲੀਆਂ ਭਰਤੀਆਂ ਦੌਰਾਨ ਤੁਸੀਂ ਦੇਖ ਸਕਦੇ ਸੀ ਹਮੇਸ਼ਾ 5 ਫੁੱਟ 3 ਇੰਚ ਹਾਈਟ ਰੱਖੀ ਜਾਂਦੀ ਸੀ ਕੁੜੀਆਂ ਦੇ ਲਈ ਪਰੰਤੂ ਇਸ ਵਾਰ ਡਿਸਟ੍ਰਿਕਟ ਅਤੇ ਆਰਮਡ ਕੈਡਰ ਦੋਹਾਂ ਵਿੱਚ ਕਾਂਸਟੇਬਲ ਅਤੇ ਸਬ ਇਨਸਪੈਕਟਰ ਦੇ ਲਈ ਕੁੜੀਆਂ ਜਿਹੜੀਆਂ ਉਹ 5 ਫੁੱਟ 2 ਇੰਚ ਵਾਲੀ ਹਾਈਟ ਵਾਲੀ ਵੀ ਅਪਲਾਈ ਕਰ ਸਕਣਗੀਆਂ ਹੁਣ ਤੁਸੀਂ ਆਪਣੀ ਸਕਰੀਨ ਉੱਤੇ ਇਹ ਆਫੀਸ਼ੀਅਲ ਲੈਟਰ ਦੀ ਵਰਡਿੰਗ ਪੜ੍ਹ ਸਕਦੇ ਹੋ ਇਹ ਸਾਰੀ ਵਰਡਿੰਗ ਹੈ ਜਿਹੜੀ ਇਹ ਆਫੀਸ਼ੀਅਲ ਲੈਟਰ ਵਿੱਚੋਂ ਲਈ ਗਈ ਹੈ ਇਹਨਾਂ ਅਨੁਸਾਰ ਕਿ ਪੰਜਾਬ ਪੁਲਿਸ ਵਿੱਚ ਵੱਤ ਤੋਂ ਵੱਧ ਕੁੜੀਆਂ ਦੇ ਜਿਹੜਾ ਭਰਤੀ ਹੋਣ ਦੀ ਚਾਹਵਨ ਦੇ ਲਈ ਮੌਕਾ ਦੇਣ ਦੇ ਲਈ ਉਹਨਾਂ ਨੂੰ 1 ਇੰਚ ਜਿਹੜੀ ਹਾਈਟ ਹੈ ਉਸ ਨੂੰ ਘਟਾ ਦਿੱਤਾ ਗਿਆ ਹੈ ਠੀਕ ਹੈ ਤਾਂ ਕਿ ਵੱਤ ਤੋਂ ਵੱਧ ਜਿਹੜੀ ਯੰਗ ਜਨਰੇਸ਼ਨ ਹੈ ਉਸ ਨੂੰ ਇਸ ਵਿੱਚ ਪਾਰਟਿਸਿਪੇਟ ਕਰਨ ਦਾ ਮੌਕਾ ਮਿਲੇ ਹੁਣ ਤੁਸੀਂ ਆਪਣੇ ਸਕਰੀਨ ਉੱਤੇ ਦੇਖ ਸਕਦੇ ਹੋ ਇਹ ਸਾਰਾ ਕੁਝ ਇਹਨਾਂ ਨੇ ਪੰਜਾਬ ਪੁਲਿਸ ਦੇ ਪੀਪੀਆਰ ਫਿਕਰਾ ਨੰਬਰ 12.15 ਦੇ ਤਹਿਤ ਜਿਹੜਾ ਪੀਪੀਆਰ ਬਣਿਆ ਹੋਇਆ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਰੂਲਸ ਕਹਿੰਦੇ ਜਿਸ ਨੂੰ ਉਸ ਦੇ ਤਹਿਤ ਇਹਨਾਂ ਨੇ ਜਿਹੜੀ ਹਾਈਟ ਘਟਾਈ ਹੈ ਪਹਿਲਾਂ ਹਾਈਟ ਤੁਸੀਂ ਦੇਖ ਸਕਦੇ ਹੋ 5.3 5 ਫੁੱਟ 3 ਇੰਚ 157.5 ਸੈਂਟੀਮੀਟਰ ਸੀ ਜਿਹੜੀ ਕਿ ਹੁਣ ਘਟਾ ਕੇ 5 ਫੁੱਟ 2 ਇੰਚ 155 ਸੈਂਟੀਮੀਟਰ ਜਿਹੜੀ ਕਰ ਦਿੱਤੀ ਗਈ ਹੈ ਠੀਕ ਹੈ ਮਤਲਬ ਕਿ ਹੁਣ ਪੰਜਾਬ ਆਰਮਡ ਡਿਸਟ੍ਰਿਕਟ ਅਤੇ ਬਿਊਰੋ ਫॉर ਇਨਵੈਸਟੀਗੇਸ਼ਨ ਵਿੱਚ ਕੁੜੀਆਂ ਜਿਹੜੀਆਂ ਉਹ 5 ਫੁੱਟ 2 ਇੰਚ ਵਾਲੀਆਂ ਜਿਹੜੀਆਂ ਉਹ ਅਪਲਾਈ ਕਰ ਸਕਣਗੀਆਂ ਠੀਕ ਹੈ ਇਸ ਤੋਂ ਇਲਾਵਾ ਪੰਜਾਬ ਇੰਟੈਲੀਜੈਂਸ ਦੀ ਜਿਹੜੀ ਹਾਈਟ ਹੈ ਉਹ ਪਹਿਲਾਂ ਹੀ ਘਟ ਹੁੰਦੀ ਹੈ ਕੁੜੀਆਂ ਦੇ ਲਈ 5 ਫੁੱਟ 1 ਇੰਚ ਅਤੇ ਮੁੰਡਿਆਂ ਦੇ ਲਈ ਸੇਮ ਹੀ ਹਾਈਟ ਰਹੇਗੀ ਸਾਰਿਆਂ ਵਿੱਚ ਜਿਹੜੀ 5 ਫੁੱਟ 7 ਇੰਚ ਅਤੇ ਇੰਟੈਲੀਜੈਂਸ ਵਿੱਚ ਮੁੰਡਿਆਂ ਦੇ ਲਈ ਜਿਹੜੀ ਹਾਈਟ ਹੈ ਉਹ 5 ਫੁੱਟ 5 ਇੰਚ ਰੱਖੀ ਜਾਂਦੀ ਹੈ ਟਾਈਮ ਬਹੁਤ ਥੋੜਾ ਰਹਿ ਗਿਆ ਹੈ ਸਾਰੇ ਜਣੇ ਆਪਣੀ ਤਿਆਰੀ ਲਗਾਤਾਰ ਕਰਦੇ ਰਹੋ ਕਿਉਂਕਿ ਇੱਕ ਵਾਰ ਫਾਰਮ ਪਰ ਹੋਣ ਤੋਂ ਬਾਅਦ ਤੁਹਾਨੂੰ ਪੇਪਰ ਲਈ ਜਿਆਦਾ ਸਮਾਂ ਨਹੀਂ ਮਿਲੇਗਾ ਇਸ ਲਈ ਤਿਆਰੀ ਕਰਦੇ ਰਹੋ ਚੈਨਲ ਉੱਤੇ ਪਲੇਲਿਸਟ ਬਣੀ ਹੋਈ ਹੈ ਜੀਕੇ ਪੰਜਾਬ ਪਸ ਦੀ ਜੀਕੇ ਦੀ ਉੱਥੋਂ ਤੁਸੀਂ ਆਪਣੀ ਸਾਰੀ ਤਿਆਰੀ ਕਰ ਸਕਦੇ ਹੋ ਤਾਂ ਕਿ ਤੁਹਾਡੀ ਪੂਰੀ ਤਿਆਰੀ ਚੰਗੀ ਤਰ੍ਹਾਂ ਹੋ ਜਾਵੇ ਤੇ ਤੁਸੀਂ ਪੇਪਰ ਵਿੱਚ ਪੂਰੀ ਤਰ੍ਹਾਂ ਸਫਲ ਹੋਵੋ ਠੀਕ ਹੈ ਇਸ ਤਰ੍ਹਾਂ ਬ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾ ਲਿਓ ਅਤੇ ਹੋਰ ਤਾਜ਼ਾ ਜਾਣਕਾਰੀ ਦੇ ਲਈ ਜਿਹੜਾ ਤੁਸੀਂ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਜੁਆਇਨ ਕਰ ਸਕਦੇ ਹੋ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜੀਕੇ ਦੀ ਪਲੇਲਿਸਟ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਵੀ ਮਿਲ ਜਾਵੇਗੀ ਵੀਡੀਓ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਹੈ ਜੀਕੇ ਜਾਂ ਪ੍ਰਾਈਵੇਟ ਨੂੰ ਤੋਂ ਵੀ ਇਸ ਦਾ ਲਿੰਕ ਹੋਵੇਗਾ ਤੁਸੀਂ ਸਾਰੀਆਂ ਜੀਕੇ ਦੀਆਂ ਵੀਡੀਓ ਦੇਖ ਕੇ ਆਪਣੀ ਤਿਆਰੀ ਚੰਗੀ ਤਰ੍ਹਾਂ ਜੜੀ ਕਰ ਲਵੋ ਅੱਜ ਦੀ ਵੀਡੀਓ ਚੁਣਾਈ ਨਹੀਂ ਧੰਨਵਾਦ